ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਰਿਲੀਜੀਅਸ ਸੈਗਮੈਂਟ ਵਿੱਚ। ਮੇਰੇ ਨਾਲ ਸਾਥ ਦੇਣਗੇ ਭਾਈ ਜੈਵੀਰ ਸਿੰਘ ਜੀ ਜਿਹੜੇ ਸਾਡੇ ਮਹਿਮਾਨ ਹਨ ਦਿੱਲੀ ਤੋਂ। ਅੱਜ ਕੱਲ੍ਹ ਸਰੀ ਵਿੱਚ ਭਾਈ ਸਾਹਿਬ ਆਏ ਹੋਏ ਨੇ ਅਤੇ ਗੁਰਦੁਆਰਾ ਤੇਗ ਬਹਾਦਰ ਸਾਹਿਬ ਵਿੱਚ ਇਹ ਹਰ ਰੋਜ਼ ਕਥਾ ਕਰ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਵਿਸਥਾਰ ਵਿੱਚ ਅਸੀਂ ਇਹਨਾਂ ਨਾਲ ਵੱਖਰੇ ਵੱਖਰੇ ਮੁੱਦਿਆਂ ਦੇ ਉੱਤੇ ਸਾਂਝ ਪਾਇਆ ਕਰਾਂਗੇ ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਭਾਈ ਜੈਵੀਰ ਸਿੰਘ ਜੀ ਦਾ। ਜੈਨ ਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਦਿੱਲੀ ਤੋਂ ਜੀ ਤੁਸੀਂ ਇੱਥੇ ਆਏ ਹੋ, ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ, ਕਦੋਂ ਤੋਂ ਤੁਸੀਂ ਸੰਗਤਾਂ ਨਾਲ ਸਾਂਝ ਪਾ ਰਹੇ ਹੋ ਕਥਾ ਦੀ ਅਤੇ ਦਿੱਲੀ ਵਿੱਚ ਤੁਸੀਂ ਕਿੱਥੇ ਹੁੰਦੇ? ਵੀਰ ਹਰਪ੍ਰੀਤ ਸਿੰਘ ਜੀ, ਸਭ ਤੋਂ ਪਹਿਲਾਂ ਜਿਹੜਾ ਕੰਮ ਹੈ ਨਾ, ਏਕ ਅੰਕਾਰਾ ਸਤਿਗੁਰੂ ਤਹਿ ਪ੍ਰਸਾਦ ਸੁਖ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਂ ਸੰਸ ਹੋਏ। ਇਹ ਹੈ ਇੱਕ ਵਿਦਵਾਨ ਦੀ ਵਿਚਾਰ ਜੀ। ਸੋ ਸਭ ਤੋਂ ਪਹਿਲਾਂ ਆਪਾਂ ਇੱਕ ਵਾਰੀ ਫਿਰ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਗੱਲ ਹੈ, ਤਕਰੀਬਨ ਮੈਨੂੰ 22 ਸਾਲ ਹੋ ਗਏ ਨੇ ਦਿੱਲੀ ਦੇ ਵਿੱਚ ਜੀ। ਗੁਰੂ ਮਹਾਰਾਜ ਦੀ ਕਿਰਪਾ ਹੈ, ਮੈਂ 99 ਦੇ ਵਿੱਚ ਰੋਪੜ, ਜਿਹੜਾ ਜੁਝਾਰ ਸਿੰਘ ਮਿਸਨੀ ਕਾਲਜ ਹੈ ਜੀ ਰੋਪੜ ਦੇ, ਉੱਥੋਂ ਵਿੱਦਿਆ ਹਾਸਲ ਕੀਤੀ ਹੈ। ਅੱਛਾ ਜੀ। ਅਤੇ ਤਕਰੀਬਨ 2000 ਤੋਂ ਦਿੱਲੀ ਦੇ ਵਿੱਚ, ਮਹਾਰਾਜ ਦੀ ਐਸੀ ਕਿਰਪਾ ਹੈ, ਵਾਹਿਗੁਰੂ ਦੀ ਐਸੀ ਕਿਰਪਾ ਹੈ, ਦਿੱਲੀ ਦੇ ਵਿੱਚ ਜਿਹੜੇ ਵੱਖ ਵੱਖ ਗੁਰਦੁਆਰੇ ਨੇ ਜੀ, ਬੰਗਲਾ ਸਾਹਿਬ ਹੋਵੇ, ਸ਼ੀਸ਼ਗੰਜ ਸਾਹਿਬ ਹੋਵੇ ਜਾਂ ਹੋਰ ਕੋਈ ਸਿੰਘ ਸਭਾ ਹੋਵੇ, ਮਹਾਰਾਜ ਨੇ ਸੇਵਾ ਲਈ ਹੈ। ਅਤੇ ਤਕਰੀਬਨ ਮੈਂ ਹੁਣ 6 ਸਾਲ ਤੋਂ ਪਟੇਲ ਨਗਰ ਦੇ ਵਿੱਚ ਜਿਹੜਾ ਪਾਠ ਬੋਧ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਸੰਪੂਰਨ ਪਾਠ ਬੋਧ, ਉਹਦਾ ਉਚਾਰਨ ਕੀ ਹੈ, ਵਿਸਰਾਮ ਕੀ ਹੈ, ਗੁਰਬਾਣੀ ਵਿਆਕਰਣ ਕੀ ਕਹਿੰਦੀ ਹੈ, ਇਸੇ ਤਰ੍ਹਾਂ ਸੰਗਤਾਂ ਬਹਿੰਦੀਆਂ। ਤਕਰੀਬਨ ਮਹਾਰਾਜ ਦੀ ਕਿਰਪਾ ਐਸੀ ਹੈ, 70-80 ਪੋਥੀਆਂ ਉੱਥੇ ਲੱਗਦੀਆਂ ਹਨ ਅਤੇ ਸੰਗਤ ਵੱਧ ਵੀ ਹੋ ਜਾਂਦੀ ਹੈ। ਅਤੇ ਦਾਸ ਉੱਥੇ ਬਹਿ ਕੇ ਪੂਰੀ ਸੰਥਿਆ 2011 ਦੇ ਵਿੱਚ ਸ਼ੁਰੂ ਕੀਤਾ ਸੀ ਅਤੇ ਇਹ ਸਾਲ ਸਮਾਪਤੀ ਕੀਤੀ। ਦੂਜੀ ਸੇਵਾ ਮੇਰੀ ਜਿਹੜੀ ਹੈ ਨਾ, ਪੰਥ ਦੀ ਮਹਾਨ ਹਸਤੀ, ਜਿੰਨਾ ਮੈਂ ਸਤਿਕਾਰ ਕਰਾਂ ਔਰ ਦਿਲੋਂ ਮੈਂ ਉਹਨਾਂ ਦਾ ਧੰਨਵਾਦ ਕਰਨਾ, ਉਸਤਾਦ ਜੋਗਿੰਦਰ ਸਿੰਘ ਜੀ, ਉਹਨਾਂ ਦੇ ਵਿਦਿਆਲਿਆ ਦੇ ਵਿੱਚ ਉਹਨਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਉਹਨਾਂ ਦੇ ਕੋਲ ਗਿਆਨ ਦੀ ਕਮੀ ਨਹੀਂ, ਉਹਨਾਂ ਦੇ ਕੋਲ ਸੇਵਾ ਦੀ ਕਮੀ ਨਹੀਂ, ਪਰ ਉਹਨਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਜਿਹੜੇ ਉੱਥੇ ਦੇ ਵਿਦਿਆਰਥੀ ਹੈਗੇ ਜੀ, ਉਹਨਾਂ ਦੀ ਸੇਵਾ ਗੁਰਬਾਣੀ ਰਾਹੀਂ ਮੈਂ ਕਰ ਸਕਾਂ। ਅਤੇ ਵੀਰ ਜੀ, ਹਰਪ੍ਰੀਤ ਸਿੰਘ ਜੀ, ਮੈਂ ਤਕਰੀਬਨ ਉਸ ਵਾਹਿਗੁਰੂ ਦੀ ਕਿਰਪਾ ਨਾਲ ਅੰਗ ਸੰਗ ਜਾਣ ਕੇ ਵਾਹਿਗੁਰੂ ਨੂੰ, ਅਤੇ ਮੈਂ ਬੱਚਿਆਂ ਨੂੰ ਉੱਥੇ ਆਸਾ ਕੀ ਵਾਰ, ਆਸਾ ਕੀ ਵਾਰ ਦਾ ਹਰ ਉਚਾਰਨ, ਉਹਦਾ ਆਖਰੀ ਅਰਥ ਜਿਹੜਾ ਨਾ, ਉਹ ਬੱਚਿਆਂ ਨੂੰ ਕਰਾਇਆ। ਉਹਨਾਂ ਬੱਚਿਆਂ ਦੀ ਅਸੀਸ ਅਤੇ ਉਸਤਾਦ ਜੀ ਦੀ ਕਿਰਪਾ ਨਾਲ ਹੁਣ ਸਰੀ ਦੇ ਵਿੱਚ ਆਏ ਹਾਂ ਅਤੇ ਸਰਦਾਰ ਪਰਮਜੀਤ ਸਿੰਘ ਜੀ ਦੇ ਕੋਲ, ਤੁਹਾਨੂੰ ਪਤਾ ਹੀ ਹੈ। ਅਤੇ ਬਾਕੀ ਗੱਲ ਰਹੀ, ਤਕਰੀਬਨ 20-22 ਸਾਲ ਤੋਂ ਮੈਂ ਦਿੱਲੀ ਦੇ ਵਿੱਚ ਸੇਵਾ ਕਰ ਰਿਹਾ, ਰਾਈਟ, ਪਰ ਗੱਲ ਉਹੀ ਹੈ ਕਿ ਹਮ ਰੁਲਤੇ ਫਿਰਦੇ, ਕੋਈ ਬਾਤ ਨਾ ਪੁੱਛਦੇ ਕਦੇ ਵੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਬਾਣੀ ਦੇ ਬਾਰ ਬਾਰ ਇਹ ਗੱਲ ਕੀਤੀ ਹੈ, ਮਾਣ ਨਾ ਕੀਜੈ, ਸ਼ਰਨ ਪਰੀਜੈ, ਕਰੇ ਸੋ ਭਲਾ ਮਨਾਏ, ਕਿ ਕਦੇ ਵੀ ਵੇਖੋ, ਠੀਕ ਹੈ, ਹੈ ਤਾਂ ਬਹੁਤ ਵੱਡੀ ਸੇਵਾ, ਭਾਈ ਗੁਰਦਾਸ ਜੀ ਨੇ ਬਖਸ਼ਿਸ਼ ਕੀਤੀ, ਇਸ ਤੋਂ ਵੱਡੀ ਸੇਵਾ ਹੈ ਕੋਈ ਨਹੀਂ। ਬੰਦੇ ਨੂੰ ਰੱਬ ਨਾਲ ਜੋੜਨਾ, ਬੰਦੇ ਨੂੰ ਗੁਰੂ ਨਾਲ ਜੋੜਨਾ, ਭਾਈ ਗੁਰਦਾਸ ਨੇ ਬਖਸ਼ਿਸ਼ ਕੀਤੀ, ਇਹ ਸਭ ਤੋਂ ਵੱਡੀ ਸੇਵਾ ਦੁਨੀਆ ਦੀ। ਕਿੰਨੇ ਪਿਆਰੇ ਬੋਲ ਹਨ, ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸਭਾ ਸਿਖਾਏਗਾ। ਸਮਝਦੇ ਹੋ ਨਾ, ਕਹਿਣ ਲੱਗੇ ਜਿਸ ਤਰ੍ਹਾਂ ਕੋਈ 100 ਕਿਲੇ ਜਾਂ 7 ਕਿਲੇ ਜਾਂ ਇਸ ਤਰ੍ਹਾਂ ਕਹਿ ਲਓ ਸੋਨੇ ਦੇ ਮਹਿਲ ਬਣਾ ਕੇ ਦਾਨ ਕਰ ਦੇਵੇ ਨਾ, ਭਾਈ ਗੁਰਦਾਸ ਜੀ ਕਹਿਣ ਲੱਗੇ ਸਿੱਖਾ ਇੰਨਾ ਵੱਡਾ ਪੁੰਨ ਮਿਲੇਗਾ ਕਿਸੇ ਬੰਦੇ ਨੂੰ ਬਾਣੀ ਨਾਲ ਜੋੜੀ। ਜੇਕਰ ਕਿਸੇ ਨੂੰ ਜਪਜੀ ਸਾਹਿਬ ਨਹੀਂ ਆਉਂਦੀ, ਕਿਸੇ ਨੂੰ ਮੂਲ ਮੰਤਰ ਦੇ ਅਰਥ ਨਹੀਂ ਆਉਂਦੇ, ਦੱਸੀ ਔਰ ਵਿਰਸੇ ਨਾਲ ਜੋੜੀ, ਉਹਨਾਂ ਨੂੰ ਆਖੀ ਸਿੰਘੋ ਵੇਲਾ ਹੈ ਜਾਗਣ ਦਾ, ਨਾ ਸੁੱਤਿਆਂ ਉਮਰ ਗੁਜ਼ਾਰੋ, ਜੋ ਸੁੱਤੇ ਰਹੇ ਉਹ ਲੁੱਟ ਗਏ, ਹੁਣ ਉੱਠ ਕੇ ਹਮਲਾ ਮਾਰੋ। ਸਮਝਦੇ ਨਾ ਗੱਲ, ਬਿਲਕੁਲ ਬਈ, ਉਹ ਵਿਦਵਾਨ ਦਾ ਦਰਦ ਵੇਖੋ ਵੀਰ ਹਰਪ੍ਰੀਤ ਸਿੰਘ ਜੀ, ਕਿ ਸਿੰਘੋ ਹੁਣ ਵੇਲਾ ਹੈ ਜਾਗਣ ਦਾ, ਨਾ ਸੁੱਤਿਆਂ ਉਮਰ ਗੁਜ਼ਾਰੋ, ਜੋ ਸੁੱਤੇ ਰਹੇ ਉਹ ਲੁੱਟ ਗਏ, ਹੁਣ ਉੱਠ ਕੇ ਹਮਲਾ ਮਾਰੋ, ਗਿਆ ਵਕਤ ਫਿਰ ਹੱਥ ਨਹੀਂ ਆਉਂਦਾ, ਸਿੱਖ ਜਗਤ ਦੇ ਲੋਕੋ ਰੁੜਦੀ ਜਾ ਰਹੀ ਸਿੱਖੀ ਨੂੰ, ਹੁਣ ਨਾਲ ਸਿਆਣਪ ਰੋਕੋ। ਸਾਰਾ ਕੁਝ ਠੀਕ ਨਹੀਂ, ਸਾਡੀ ਜ਼ਿੰਮੇਵਾਰੀ ਬਣਦੀ ਹੈ, ਬਿਲਕੁਲ, ਅਸੀਂ ਪਹਿਰੇਦਾਰੀ ਕਰੀਏ, ਅਸੀਂ ਪੰਥ ਦੇ ਇੱਕ ਪੰਥੀ ਹਾਂ। ਅਤੇ ਉਹ ਵਿਦਵਾਨ ਕਹਿੰਦਾ, ਕਹਿਣ ਲੱਗੇ ਹੋਰ ਕੰਮ ਦੇ ਵਾਸਤੇ ਸੋਚ ਵਿਚਾਰ ਕਰ ਲੈਣਾ, ਪਰ ਗੁਰੂ ਸਾਹਿਬ ਦੇ ਲਾਲਾਂ ਦਾ ਹੁਣ ਚੜਿਆ ਕਰਜ ਉਤਾਰੋ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਜ਼ਿਕਰ ਹੈ, ਹਮਰੇ ਮਸਤਕ ਦਾਗ ਦਗਾਨਾ, ਹਮ ਕਰਜ ਗੁਰੂ ਬਹੁ ਸਾਂਡੇ। ਸੋ ਵੀਰ ਜੀ, ਦਿਲੋਂ ਬੇਨਤੀ ਕਰੀਏ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਧੰਨਵਾਦ ਕਰੀਏ, ਸਤਿਗੁਰੂ ਜੀ ਤੁਸੀਂ ਸਾਨੂੰ ਇਸ ਲਾਇਕ ਬਣਾਇਆ ਕਿ ਅਸੀਂ ਆਪ ਵੀ ਜੁੜੀਏ। ਕਿਉਂਕਿ ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਾਂ, ਦੂਜੇ ਨੂੰ ਜੋੜਨਾ ਇੱਕ ਬਾਤ ਦੀ ਗੱਲ ਹੈ, ਬਿਲਕੁਲ, ਬਾਣੀ ਦੇ ਵਿੱਚ ਬਾਰ ਬਾਰ ਵੀਰ ਜੀ ਇਸ ਗੱਲ ਦਾ ਜ਼ਿਕਰ ਕੀਤਾ ਹੈ, ਦੂਜੇ ਨੂੰ ਨਹੀਂ ਸਮਝਾਉਣਾ, ਸਭ ਤੋਂ ਪਹਿਲਾਂ ਆਪਣੇ ਉੱਤੇ ਝਾਤੀ ਮਾਰਨੀ ਹੈ। ਦੋ ਕੰਮ ਬੜੇ ਸੌਖੇ ਨੇ, ਦੂਜੇ ਨੂੰ ਸਲਾਹ ਦੇਣੀ, ਦੂਜੇ ਦੇ ਵਿੱਚ ਕਮੀ ਕਰਨੀ। ਪਰ ਮੇਰੇ ਸਤਿਗੁਰੂ ਜੀ ਨੇ ਦੋਵੇਂ ਕੰਮ ਨਹੀਂ ਕੀਤੇ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੂਜੇ ਨੂੰ ਸਲਾਹ ਨਹੀਂ, ਪਹਿਲਾਂ ਆਪਣੇ ਆਪ ਦੀ ਗੱਲ ਕਰਕੇ ਅਤੇ ਆਪਣੀਆਂ ਕਮਜ਼ੋਰੀਆਂ ਦੁਨੀਆ ਦੇ ਸਾਹਮਣੇ ਰੱਖ ਕੇ ਇੱਕ ਨਮਰਤਾ ਵਿਖਾਈ। ਵੇਖੋ,
गुरु ग्रंथ साहिब जी दे विच इस तरह के बोल बड़े आउणगे कि हम मैले हम निर्गुण हम पापी हम मूर्ख इस तरह आंदे ना ठीक गुरु महाराज दे विच ए कमियां नहीं सन राइट दुनिया जानदी है और सतगुरु जी दे विचारां जदों असीं दुनिया दे पसारदे आं और गुरु ग्रंथ साहिब जी महाराज की बाणी विचारदे आं तां बाणी की कहिंदी गुर जैसा ना ही को दे कहण लगे दुनिया विच है ही नहीं पर गुरु महाराज ने की कहा 19 रागां दे विच बाणी है गुरु नानक साहब जी दी। वेखो वीर हरप्रीत सिंह जी जगत गुरु गुरु नानक देव जी महाराज नूं दुनिया अपना सत्कार दिंदी है सीजदा करदी है पर गुरु नानक देव जी महाराज कहण लगे दुनिया दे लोको मैं नीवा हाँ मैं बड़ा नीच हाँ। वेखो किन्ने प्यारे बोला नानक नीच कहे बीचा इत्थे मेरे सतगुरु जी ने अपने आप नीवा कहा। सो गल की चल रही सी कि केवल असी जिथे साडा ये फड़ जाए साडा ये मुढ़ला फड़ जाए क्योंकि जेड़ा बंदा तीन गल्लां याद रखता ना वीर जी वो जिंदगी दे विच कदे मार नहीं खांदा। सब तो पहला है कर्ज दूजा है मर्ज ते तीजा है फड़ज। असी दो गल्लां दी गल विचार बाद विच करांगे। साडा विशा चल रहा हुण फड़ज की है साडा जिवें तुसीं गल कीती सी ना भी तुसीं की करदे हो ते की करना चाहीदा ते सानू असी की करदे हाँ और सानू की करना चाहीदा। साडा सब तो वड्डा फड़ज है कि असी आप भी जुड़िए दूजिआं नूं जोड़िए। गल रही किसी भी कौम जां किसी भी धर्म जां किसी पंथ नूं वेखणा होवे ਉਹਦੀ ਜਿਹੜੀ ਨਵੀਂ ਪਨੀਰੀ ਹੈ ਨਾ ਜਿਹੜੇ ਬੱਚੇ ਨੇ ਕਿਉਂਕਿ ਵੇਖੋ ਅਸੀਂ ਆਮ ਇਹ ਗੱਲਾਂ ਸੁਣਦੇ ਹਾਂ ਸ਼ੇਜ਼ਾਂ ਦਾ ਵੀ ਕਰਦੇ ਹਾਂ ਵੀ ਜਿਹੜੇ ਬੱਚੇ ਨੇ ਉਹ ਸਾਡਾ ਭਵਿੱਖ ਨੇ। ਬਿਲਕੁਲ ਸੱਚ ਗੱਲ ਹੈ ਪਰ ਇਹਨਾਂ ਬੱਚਿਆਂ ਨੂੰ ਕਿਸੇ ਹੋਰ ਨੇ ਨਹੀਂ ਜੋੜਨਾ ਇਹਨਾਂ ਬੱਚਿਆਂ ਨੂੰ ਅਸੀਂ ਜੋੜਨਾ ਹੈ ਔਰ ਇਹਨਾਂ ਬੱਚਿਆਂ ਨੂੰ ਜੋੜਨ ਵਾਸਤੇ ਅਸੀਂ ਕਿਤੇ ਹੋਰ ਵੀ ਨਹੀਂ ਜਾਣਾ। ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਾਂ ਆਪਣਾ ਵਿਰਸਾ ਬੜਾ ਅਮੀਰ ਹੈ। ਬਿਲਕੁਲ ਅਸੀਂ ਇੰਨੇ ਅਮੀਰ ਵਿਰਸੇ ਦੇ ਮਾਲਕ ਹਾਂ ਕਿ ਦੁਨੀਆ ਸਾਡੇ ਕੋਲ ਉਹ ਖਜ਼ਾਨਾ ਲੈ ਕੇ ਆਪ ਵੰਡ ਕੇ ਤੇ ਉਹਦੇ ਵਿੱਚ ਮੋਰ ਆਪਣੀ ਲਾ ਰਹੇ ਨੇ। ਪਰ ਮੇਰੇ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਕਹਿਣ ਲੱਗੇ ਕਿਤੇ ਜਾਣ ਦੀ ਲੋੜ ਨਹੀਂ ਜਦੋਂ ਤੁਸੀਂ ਬਾਣੀ ਆਪ ਪੜੋਗੇ ਨਾ ਜਿਹੜਾ ਬੱਚਾ ਜਿਹੜਾ ਬਜ਼ੁਰਗ ਜਾਂ ਜਿਹੜਾ ਪਰਿਵਾਰ ਦਾ ਮੋਢੀ ਹੈ ਕੋਈ ਵੀ ਹੈ ਜਿਹੜਾ ਆਪ ਅੰਮ੍ਰਿਤ ਵੇਲੇ ਉੱਠੇਗਾ ਬਾਣੀ ਪੜੇਗਾ ਉਹ ਵੇਖਾਂ ਵੇਖੀ ਉਹਦੇ ਬੱਚੇ ਆਪੇ ਜੁੜਨਗੇ। ਤੇ ਇਸੇ ਕਰਕੇ ਮੇਰੇ ਸਤਿਗੁਰੂ ਨੂੰ ਬਖਸ਼ਿਸ਼ ਕੀਤੀ ਕਹਿਣ ਲੱਗੇ ਹੇ ਇਨਸਾਨ ਹੇ ਮਨੁੱਖ ਹੇ ਪ੍ਰਾਣੀ ਹੇ ਜੀਵ ਸਮਾਂ ਕੱਢ ਤੇ ਗੁਰੂ ਦੇ ਚਰਨਾਂ ਵਿੱਚ ਆ। ਬਹੁਤ ਕੁਝ ਜੀ ਬਹੁਤ ਸਾਰੇ ਟੌਪਿਕਸ ਨੂੰ ਤੁਸੀਂ ਟੱਚ ਕੀਤਾ ਹੈ ਭਾਈ ਸਾਹਿਬ ਧੰਨਵਾਦ ਤੁਹਾਡਾ ਇੱਥੇ ਆ ਕੇ ਸਾਂਝ ਪਾ ਰਹੇ ਹੋ ਤੁਸੀਂ। ਸਵਾਲ ਆਉਂਦਾ ਜੀ ਗੁਰੂ ਸਾਹਿਬ ਨੇ ਤਾਂ ਹੋਕਾ ਦਿੱਤਾ ਸੱਚ ਨਾਲ ਜੋੜਿਆ ਦਿੱਲੀ ਤੋਂ ਤੁਸੀਂ ਆਏ ਹੋ ਹਿੰਦੁਸਤਾਨ ਵਿੱਚ ਜੋ ਸਥਿਤੀ ਬਣੀ ਪਈ ਜੋ ਅਸੀਂ ਸੁਣਦੇ ਹਾਂ ਇੱਥੇ ਵੀ ਉਹੀ ਹਾਲ ਨੇ ਉੱਥੇ ਵੀ ਉਹ ਹਾਲ ਨੇ ਅੱਜ ਇੰਨਾ ਪ੍ਰਭਾਵ ਸਾਡੇ 'ਤੇ ਬਾਕੀਆਂ ਚੀਜ਼ਾਂ ਦਾ ਪੈ ਰਿਹਾ ਕਿ ਅਸੀਂ ਬਾਣੀ ਨੂੰ ਨਮਸਤਕ ਤਾਂ ਹੁੰਦੇ ਹਾਂ ਪਰ ਸ਼ਾਇਦ ਉਹ ਸਮਝ ਨਹੀਂ ਸਕ ਰਹੇ ਕਿਉਂਕਿ ਗੁਰੂ ਨੇ ਤਾਂ ਗਿਆਨ ਸਾਨੂੰ ਦਿੱਤਾ ਸੀ ਕਿ ਗਿਆਨ ਨਾਲ ਅਸੀਂ ਜੁੜਨਾ ਸੀ। ਮੈਂ ਥੋੜ੍ਹਾ ਜਿਹਾ ਉਹਦੇ ਮਤਲਬ ਸਾਨੂੰ ਦੱਸੋ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ। ਤੁਹਾਡੀ ਗੱਲ ਮੈਂ ਵਿੱਚ ਰੋਕ ਰਿਹਾ ਔਰ ਮੈਂ ਤੁਹਾਡੀ ਗੱਲ ਦੇ ਦਾ ਜਵਾਬ ਦੇਣ ਲੱਗਾ ਜੀ। ਸੱਚ ਸਾਰੇ ਤਾਂ ਨਹੀਂ ਕਿਉਂਕਿ ਸਾਰਿਆਂ ਨੂੰ ਅਸੀਂ ਨਹੀਂ ਕਹਿ ਸਕਦੇ ਬਿਲਕੁਲ, ਪਰ ਬਹੁਤੇ ਲੋਕ ਐਸੇ ਨੇ ਗੁਰੂ ਬਾਣੀ ਨੂੰ ਗੁਰੂ ਮੰਨਦੇ ਨੇ ਪਰ ਗੁਰਬਾਣੀ ਨੂੰ ਗੁਰੂ ਤਾਂ ਮੰਨਦੇ ਨੇ ਪਰ ਗੁਰੂ ਦੀ ਨਹੀਂ ਮੰਨਦੇ। ਰਾਈਟ, ਜੋ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੱਚ ਪੁੱਛੋ ਕਈ ਵਾਰੀ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਨਿਕਲਦਾ ਹੈ ਔਰ ਦੋਵੇਂ ਹੱਥ ਜੋੜ ਕੇ ਸੀਸ ਝੁਕ ਜਾਂਦਾ ਹੈ ਕਿ ਹੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਸੀਂ ਇੰਨਾ ਗਿਆਨ ਤੁਸੀਂ ਗਿਆਨ ਦੇ ਸਾਗਰ ਹੋ ਤੇ ਵੇਖੋ ਕਿੰਨਾ ਅਫਸੋਸ ਵੀ ਹੈ ਤੇ ਦੁੱਖ ਵੀ ਹੈ ਕਿ ਸਾਡੇ ਕੋਲ ਗਿਆਨ ਦਾ ਸਾਗਰ ਹੋਵੇ ਤੇ ਵੀਰ ਜੀ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਸਾਡਾ ਹਾਲ ਕੀ ਹੈ ਅਸੀਂ ਕਿਸ ਪਾਸੇ ਜਾਂਦੇ ਹਾਂ। ਪਰ ਮੈਂ ਫਿਰ ਬੇਨਤੀ ਕਰਾਂ ਕਿ ਕੋਈ ਮੇਰੇ ਸਤਿਗੁਰੂ ਨੇ ਬਾਣੀ ਦੇ ਵਿੱਚ ਬਾਰ ਬਾਰ ਇਹ ਗੱਲ ਆਖੀਏ ਤੇ ਇੱਥੋਂ ਤੱਕ ਕਹਿਣ ਲੱਗੇ ਵੀ ਜੋ ਹੋ ਗਿਆ ਉਹ ਤਾਂ ਵਾਪਸ ਹੋ ਨਹੀਂ ਸਕਦਾ ਕਿਉਂਕਿ ਪਛਤਾਵਾ ਕਰਨ ਦੇ ਨਾਲ ਕਦੇ ਕੁਝ ਨਹੀਂ ਮਿਲਦਾ। ਬਿਲਕੁਲ, ਭਾਈ ਗੁਰਦਾਸ ਜੀ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਆਪਣੀ ਜ਼ਿੰਦਗੀ ਦੇ ਵਿੱਚ ਸੁਚੇਤ ਰਹੋ ਕਿਉਂਕਿ ਵੇਖੋ ਗੱਲ ਕੀ ਚੱਲ ਰਹੀ ਹੈ ਕਿ ਵੀ ਅਸੀਂ ਸਾਡੇ ਉੱਤੇ ਕੋਈ ਕਿਸੇ ਦੁਨੀਆ ਵੀ ਤਾਕਤ ਦੀ ਕੋਈ ਹਿੰਮਤ ਨਹੀਂ ਸਾਡੇ ਉੱਤੇ ਹਮਲਾ ਕਰ ਸਕੇ ਸਾਡੇ ਉੱਤੇ ਵਾਰ ਕਰ ਸਕੇ ਸਾਨੂੰ ਕੁਰਾਏ ਪਾ ਸਕੇ ਕੋਈ ਨਹੀਂ ਕਰ ਸਕਦਾ। ਰਾਈਟ, ਜੇਕਰ ਅਸੀਂ ਬਾਣੀ ਦੇ ਨਾਲ ਜੁੜੀਏ ਅਸੀਂ ਨਾ ਪਤਾ ਕੀ ਹੁੰਦਾ ਅਸੀਂ ਦੂਜਿਆਂ ਨੂੰ ਦੋਸ਼ ਦਿੰਦੇ ਹਾਂ। ਠੀਕ, ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਨਹੀਂ ਇਨਸਾਨ ਕਮਜ਼ੋਰੀਆਂ ਤੀਰੀਆਂ ਹਨ ਪਰ ਜੇ ਜਦੋਂ ਤੱਕ ਬੰਦਾ ਆਪਣੀ ਕਮਜ਼ੋਰੀ ਮਹਿਸੂਸ ਹੀ ਨਾ ਕਰੇ ਉਹਨੂੰ ਫੀਲਿੰਗ ਹੀ ਨਾ ਹੋਵੇ ਕਿ ਵੀ ਮੈਂ ਕਮਜ਼ੋਰ ਹਾਂ ਜਾਂ ਮੈਂ ਇੱਥੇ ਗਲਤ ਹਾਂ ਜਾਂ ਮੈਂ ਇੱਥੇ ਰਹੂੰਗਾ ਤੇ ਉਹ ਬੰਦਾ ਸੁਧਾਰ ਨਹੀਂ ਕਰ ਸਕਦਾ। ਇਸੇ ਕਰਕੇ ਸਤਿਗੁਰ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਅਜੂ ਸਮਝ ਕਿੰਨਾ ਸਾਨੂੰ ਮੌਕਾ ਦਿੱਤਾ ਕਹਿਣ ਲੱਗੇ ਕੋਈ ਗੱਲ ਨਹੀਂ ਜਵਾਨੀ ਚਲੀ ਗਈ ਨਾ ਤੇ ਬਾਲਪਨ ਚਲਾ ਗਿਆ ਕੋਈ ਗੱਲ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਮੈਂ ਹੱਥ ਜੋੜ ਕੇ ਬੇਨਤੀ ਕਰਾਂ ਵੀਰ ਜੀ ਨਿਰਾਸ਼ ਨਹੀਂ ਕਰਦੀ ਆਸਾਵਾਦੀ ਜੀਵਨ ਜੀਣ ਦਾ ਸਾਨੂੰ ਹੋਕਾ ਦਿੰਦੀ ਹੈ ਤੇ ਗੱਲ ਕੀ ਚੱਲ ਰਹੀ ਸੀ ਕਹਿਣ ਲੱਗੇ ਹੇ ਇਨਸਾਨ ਹੇ ਮਨੁੱਖ ਤੈਨੂੰ ਕੋਈ ਵੀ ਆਪਣੇ ਮਗਰ ਨਹੀਂ ਲਾਏਗਾ ਕੇਵਲ ਤੂੰ ਬਾਣੀ ਦੇ ਨਾਲ ਜੁੜ ਜਾ। ਔਰ ਮੈਂ ਬੇਨਤੀ ਕਰਾਂ ਸਿਮਰਨ ਬਾਣੀ ਦਾ ਕੀਰਤਨ ਪਾਠ ਸਾਰੇ ਚੰਗੇ ਨੇ
ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਰ ਬਾਰ ਇਸ ਗੱਲ ਦਾ ਜ਼ਿਕਰ ਕਿਉਂ ਕੀਤਾ ਕਿ ਬਾਣੀ ਨੂੰ ਸਮਝੋ, ਬਾਣੀ ਨੂੰ ਵਿਚਾਰੋ, ਕਿਉਂਕਿ ਵੇਖੋ ਸਮਾਂ ਬਦਲਦਾ ਹੈ ਅਤੇ ਸਮੇਂ ਦੇ ਨਾਲ ਨਾਲ ਕੀ ਹੁੰਦਾ, ਕਈ ਗੱਲਾਂ ਸਮਝ ਨਹੀਂ ਆਉਂਦੀਆਂ। ਹੁਣ ਮੈਂ ਅੱਜ ਬੇਨਤੀ ਕਰਾਂ, ਕਈ ਗੱਲਾਂ ਇਹ ਸਾਡੇ ਪੰਜਾਬੀ ਵਿਰਸੇ ਦੇ ਕਈ ਅੱਖਰ ਐਸੇ ਹੈਗੇ ਸਾਡੇ ਨੌਜਵਾਨ ਨੂੰ ਨਹੀਂ ਪਤਾ, ਇਸੇ ਕਰਕੇ ਇਹ ਬਾਣੀ ਜਦੋਂ ਪੁਰਾਤਨ ਸਮੇਂ ਦੇ ਵੀ ਉਚਾਰਨ ਕੀਤੀ ਗਈ ਉਹ ਜਿਹੜੇ ਲੋਕ ਸੀ ਉਹ ਤਾਂ ਉਸੇ ਵੇਲੇ ਸਮਝ ਜਾਂਦੇ ਸੀ, ਕਿਉਂਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਸੱਜਣ ਵੀ ਘੁਰਾਇਆ ਪਿਆ ਸੀ ਨਾ, ਸੱਜਣ ਵੀ ਲੋਕਾਂ ਨੂੰ ਲੁੱਟ ਰਿਹਾ ਸੀ ਨਾ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੂਹੀ ਰਾਗ ਦੀ ਵੀ ਬਖਸ਼ਿਸ਼ ਕੀਤੀ, ਸੂਹੀ ਮਹਿਲਾ ਪਹਿਲਾ ਉਜਲ ਕਹਿਹਾਂ, ਕਹਿਹਾਂ ਸਮਝਦੇ ਨਾ, ਕਹਿਹਾਂ ਹੁੰਦਾ ਕਾਂਸੀ ਦਾ ਭਾਂਡਾ, ਕਹਿਣ ਲੱਗੇ ਬਈ ਇਹ ਬਾਹਰੋਂ ਬੜਾ ਲਿਸ਼ਕਦਾ ਹੈ, ਬਾਹਰੋਂ ਬੜਾ ਚਮਕਦਾ ਹੈ ਅਤੇ ਸਾਡਾ ਵੀ ਸੱਚ ਪੁੱਛੋ ਸਾਰੇ ਤਾਂ ਨਹੀਂ, ਪਰ ਧਰਮ ਦੇ ਨਾਮ 'ਤੇ ਜਿਹੜੇ ਆਪਣੇ ਆਪ ਨੂੰ ਆਗੂ ਕਹਿੰਦੇ ਨੇ ਨਾ, ਉਹਨਾਂ ਦਾ ਹਾਲ ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪਰਵਾਣ। ਇਸੇ ਕਰਕੇ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਕਿਸੇ ਦੀਆਂ ਕਮਜ਼ੋਰੀਆਂ ਵੱਲ ਨਾ ਵੇਖੋ, ਕਿਉਂਕਿ ਵੇਖੋ ਸਾਡੇ ਕੋਲ ਇੰਨਾ ਟਾਈਮ ਨਹੀਂ ਬਿਲਕੁਲ ਕਿ ਅਸੀਂ ਕਿਸੇ ਦੀਆਂ ਕਮਜ਼ੋਰੀਆਂ ਵੱਲ ਵੇਖਦੇ ਰਹੀਏ, ਕਿਸੇ ਦਾ ਔਗਣਾ ਵੱਲ ਵੇਖ, ਨਹੀਂ ਅਸੀਂ ਆਪਣੇ ਜੀਵਨ ਦੇ ਵਿੱਚ ਹਾਥੀ ਮਾਰੀ, ਅਸੀਂ ਕੀ ਕਰਨਾ, ਅਸੀਂ ਕੀ ਕਰਨ ਆਏ ਹਾਂ, ਕਦੋਂ ਤੱਕ ਆਏ ਹਾਂ, ਕਿੱਥੋਂ ਆਏ ਹਾਂ, ਕਿਵੇਂ ਆਏ ਹਾਂ, ਕਦੋਂ ਇੱਥੋਂ ਚਲੇ ਜਾਣਾ, ਸਾਨੂੰ ਸਾਰੀਆਂ ਗੱਲਾਂ ਬਾਣੀ ਸਮਝਾਉਂਦੀ ਹੈ। ਬਿਲਕੁਲ ਭਾਈ ਸਾਹਿਬ ਸਹੀ ਫਰਮਾਇਆ ਤੁਸੀਂ, ਪਰ ਉਸ ਦੇ ਨਾਲ ਨਾਲ ਕਿਉਂਕਿ ਜਿਸ ਤਰ੍ਹਾਂ ਇਹ ਚੜ੍ਹਦੀ ਕਲਾ ਦਾ ਅਸੀਂ ਹਮੇਸ਼ਾ ਹੀ ਪ੍ਰਤੀਕ ਰਹੇ ਹਾਂ, ਆਸਾਵਾਦੀ ਬਾਣੀ ਸਾਡੀ, ਪਰ ਅੱਜ ਕੀ ਕਾਰਨ ਹੋ ਗਏ, ਜਿਸ ਤਰ੍ਹਾਂ ਤੁਸੀਂ ਇੱਕ ਗੱਲ ਕੀਤੀ ਕਿ ਸਾਡੇ ਆਗੂ ਜਿਹੜੇ ਧਾਰਮਿਕ ਆਗੂ ਵੀ ਹੈ ਉਹ ਵੀ ਸਾਨੂੰ ਕੁਰਾਹੇ ਪਾ ਰਹੇ ਨੇ, ਅਸੀਂ ਗਲਤ ਪਾਸੇ ਨੂੰ ਤੁਰ ਪਏ ਹਾਂ, ਸੋ ਕੀ ਕਰਨ ਦੀ ਲੋੜ ਹੈ, ਕਿਵੇਂ ਅਸੀਂ ਦੁਬਾਰਾ ਤੋਂ ਉਸ ਗੁਰੂ ਦੀ ਸੋਚ ਨਾਲ ਜੁੜ ਕੇ ਆਪਣੇ ਆਪ ਤੋਂ ਸ਼ੁਰੂਆਤ ਕਰੀਏ, ਇਸ ਬਾਰੇ ਅਸੀਂ ਚਰਚਾ ਕਰੀਏ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵੈਲਕਮ ਟੂ ਹੇਅਰ ਮੋਟਰਸ, ਮੈਂ ਸਾਰਿਆਂ ਨੂੰ ਸੱਦਾ ਦਿੰਦਾ ਵੀ ਤੁਸੀਂ ਇੱਕ ਵਾਰੀ ਆਣ ਕੇ ਸਾਡਾ ਨਵਾਂ ਸ਼ੋਰੂਮ ਦੇਖੋ, ਸਾਡੇ ਸ਼ੋਰੂਮ ਅਰਗਾ ਸ਼ੋਰੂਮ ਇੱਥੇ ਇੰਡਸਟਰੀ ਕੋ ਕਿਸੇ ਕੋ ਹੈ ਨਹੀਂ ਗਾ, ਇਹ ਇੰਨਾ ਵਧੀਆ ਸ਼ੋਰੂਮ ਆ ਕਿ ਦੇਖਣ ਵਾਲਾ ਆ, ਤੁਸੀਂ ਆਣ ਕੇ ਸਾਡੇ ਨਾਲ ਜੇ ਕੋਈ ਫਾਈਨਾਂਸ ਦੀ ਸਲਾਹ ਲੈਣੀ ਆ ਜਾਂ ਫਾਈਨਾਂਸ ਕਰਨਾ ਇੱਕ ਵਾਰੀ ਸਾਡੇ ਕੋਲ ਜ਼ਰੂਰ ਆਓ, ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਤੁਹਾਡੀ ਪੇਮੈਂਟ ਘੱਟ ਬਣਾ ਕੇ ਵਧੀਆ ਰੇਟ ਲੈ ਕੇ ਇੱਕ ਘੰਟੇ ਵਿੱਚ ਪ੍ਰੂਵ ਕਰਕੇ ਗੱਡੀ ਦੇ ਕੇ ਤੁਹਾਨੂੰ ਅਸੀਂ ਘਰ ਭੇਜਾਂਗੇ। ਭਾਈ ਜੈਵੀਰ ਸਿੰਘ ਜੀ ਸਾਡੇ ਨਾਲ ਸਾਂਝ ਪਾ ਰਹੇ ਨੇ ਬਹੁਤ ਹੀ ਮਹੱਤਵਪੂਰਨ ਵਿਸ਼ਿਆਂ ਦੇ ਉੱਤੇ, ਕਿਸ ਤਰੀਕੇ ਨਾਲ ਅਸੀਂ ਮੁੜ ਤੋਂ ਸੁਰਜੀਤ ਹੋਣਾ, ਕਿਸ ਤਰੀਕੇ ਨਾਲ ਅਸੀਂ ਗੁਰੂ ਦੀ ਸੋਚ ਨੂੰ ਆਪਣੇ ਜੀਵਨ ਵਿੱਚ ਪਹਿਲਾਂ ਲਾਗੂ ਕਰਨਾ ਹੈ, ਕਿਉਂਕਿ ਆਮ ਤੌਰ 'ਤੇ ਇਹੀ ਹੁੰਦਾ ਕਿ ਅਸੀਂ ਕਹਿੰਦੇ ਜੀ ਸਾਡੇ ਗੁਰਦੁਆਰਿਆਂ 'ਚ ਇਹ ਨਹੀਂ ਹੋ ਰਿਹਾ, ਸਾਡੇ ਸਮਾਜ 'ਚ ਇਹ ਨਹੀਂ ਹੋ ਰਿਹਾ, ਪਰ ਅਸੀਂ ਇਹ ਭੁੱਲ ਜਾਂਦੇ ਕਿ ਅਸੀਂ ਵੀ ਉਸਦਾ ਇੱਕ ਹਿੱਸਾ ਹਾਂ, ਕਿਵੇਂ ਅਸੀਂ ਆਪਣਾ ਯੋਗਦਾਨ ਪਾਉਣਾ ਹੈ, ਕਿਵੇਂ ਗੁਰਬਾਣੀ ਨੂੰ ਸਮਝਣਾ ਹੈ, ਜਿਸ ਬਾਰੇ ਅਸੀਂ ਹਮੇਸ਼ਾ ਹੀ ਇਸ ਪ੍ਰੋਗਰਾਮ ਵਿੱਚ ਫੋਕਸ ਕਰਕੇ ਗੱਲਬਾਤ ਕਰਦੇ ਹਾਂ ਕਿ ਸ਼ੁਰੂਆਤ ਆਪਣੇ ਆਪ ਤੋਂ ਕੀਤੀ ਜਾਵੇ। ਇਸੇ ਕਰਕੇ ਵੱਖਰੇ ਬੁਲਾਰੇ ਜਦੋਂ ਇੱਥੇ ਆਉਂਦੇ ਰਹੇ, ਉਹਨਾਂ ਦੀ ਸੋਚ, ਉਹਨਾਂ ਦੀ ਜਿਹੜੀ ਤਿਆਰੀ ਹੈ, ਉਹਨਾਂ ਦੀ ਮਿਹਨਤ ਜੋ ਹੈ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਸ ਸੋਚ ਨੂੰ ਤੁਹਾਡੇ ਤੱਕ ਪਹੁੰਚਾਇਆ ਜਾ ਸਕੇ। ਆਓ ਮੁੜ ਤੋਂ ਜਾਣਕਾਰੀ ਲੈਂਦੇ ਹਾਂ ਭਾਈ ਜੈਵੀਰ ਸਿੰਘ ਜੀ ਤੋਂ। ਸੀ ਭਾਈ ਸਾਹਿਬ, ਸੋ ਬ੍ਰੇਕ ਤੋਂ ਪਹਿਲਾਂ ਗੱਲ ਚੱਲ ਰਹੀ ਸੀ ਕਿ ਅਸੀਂ ਅੱਜ ਕਿੰਤੂ ਪਰੰਤੂ ਜ਼ਿਆਦਾ ਕਰਨਾ ਸ਼ੁਰੂ ਕਰਦੇ ਹਾਂ। ਤੁਸੀਂ ਵੇਖ ਹੁਣੀ ਗੱਲ ਕੀਤੀ ਹੈ ਨਾ ਜੀ, ਮੈਨੂੰ ਬਹੁਤ ਹੀ ਅੱਛਾ ਲੱਗਿਆ, ਅਸੀਂ ਨਾ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ ਵੀ ਇਹ ਮਾੜਾ ਖੜਦਾ ਇਹ, ਨਹੀਂ ਨਹੀਂ, ਮਹਾਰਾਜ ਨੇ ਬਖਸ਼ਿਸ਼ ਕੀਤੀ, ਦੁਨੀਆ ਕੀ ਕਰਦੀ ਹੈ ਸਾਨੂੰ ਨਹੀਂ ਪਤਾ, ਅਸੀਂ ਕੀ ਕਰਦੇ ਪਏ ਹਾਂ ਸਾਨੂੰ ਜ਼ਰੂਰ ਸੋਚਣਾ ਪਏਗਾ। ਉਹ ਇਸੇ ਕਰਕੇ ਤਾਂ ਬੜਾ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੜਾ ਮਾਣ ਕਰਕੇ ਗੱਲ ਆਖੀ ਹੈ ਨਾ ਕਿ ਵੀ ਜਬ ਲਗ ਖਾਲਸਾ ਰਹੇ ਨਿਆਰਾ, ਨਿਆਰਾ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਭ ਤੋਂ ਵੱਖਰੇ ਦੋ ਨਾ, ਨਿਆਰਾ ਦਾ ਮਤਲਬ ਨਿਆਰਾਪਣ ਬੜਾ ਹੈ, ਕਿਉਂਕਿ ਮੈਂ ਫਿਰ ਬੇਨਤੀ ਕਰਾਂ 239 ਸਾਲ ਦਾ ਤਕਰੀਬਨ ਸਮਾਂ ਇਹ ਜਿਹੜਾ ਬਣਿਆ ਨਾ ਗੁਰੂ ਕਾਲ ਦਾ, ਇਹਦੇ ਵਿੱਚ ਸਤਿਗੁਰੂ ਨੇ ਬੜੀ ਕਮਾਈ ਕੀਤੀ ਹੈ, ਜਿਹੜੀ ਵਿਚਾਰ ਗੁਰੂ ਨਾਨਕ ਸਾਹਿਬ ਦੀ ਹੈ ਉਹੀ ਵਿਚਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹੈ। ਅਤੇ ਭਾਈ ਗੁਰਦਾਸ ਨੇ ਕੀ ਕਿਹਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਉਹ ਨਿਰਮਲ ਪੰਥ ਕਿਹੜਾ ਸੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਦੀ ਪੂਰੀ ਤਰ੍ਹਾਂ ਪੁਸ਼ਟੀ ਕੀਤੀ, ਉਹ ਨਿਰਮਲ ਪੰਥ ਇਹੀ ਹੈ ਕਿ ਸਾਚ ਕਹੋ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪਰੋਪਾਇਓ। ਹੁਣ ਪ੍ਰੇਮ ਜਿਹੜਾ ਹੈ ਨਾ, ਪ੍ਰੇਮ ਦੇ ਵਿੱਚ ਕੋਈ ਨੇਮ ਨਹੀਂ ਹੁੰਦਾ, ਤੇ ਜਦੋਂ ਬੰਦਾ ਪ੍ਰੇਮ ਕਰੇਗਾ ਨਾ ਆਪਣੇ ਗੁਰੂ ਦੇ ਨਾਲ ਜਾਂ ਆਪਣੀ ਆਪਣੇ ਵਿਰਸੇ ਦੇ ਨਾਲ, ਤੇ ਸਾਡਾ ਤਾਂ ਵਿਰਸਾ ਹੀ ਨਾਮੀਰ ਹੈ। ਜਦੋਂ ਅਸੀਂ ਕਿਸੇ ਜਿੱਥੋਂ ਮਰਜ਼ੀ ਸ਼ੁਰੂਆਤ ਕਰ ਲਈਏ ਨਾ, ਜਿਸ ਤਰ੍ਹਾਂ ਗੁੜ ਦੀ ਡਲੀ ਨਹੀਂ ਹੁੰਦੀ, ਜਿੱਥੋਂ ਮਰਜ਼ੀ ਉਹਨੂੰ ਤੁਸੀਂ ਚੱਖੋਗੇ ਉੱਥੋਂ ਹੀ ਮਿੱਠਾ ਨਜ਼ਰ ਆਏਗਾ। ਇਸੇ ਕਰਕੇ ਮੇਰੇ ਸਤਿਗੁਰ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਹੇ ਮਨੁੱਖ ਦੇਰ ਨਾ ਕਰ, ਸਮਾਂ ਕੱਢ ਕੇ ਗੁਰੂ ਚਰਨਾਂ ਦੇ ਵਿੱਚ ਆੜ, ਦੋਵੇਂ ਹੱਥ ਜੋੜ ਕੇ ਬੇਨਤੀ ਕਰ, ਕਿਉਂਕਿ ਮੈਂ ਫਿਰ ਬੇਨਤੀ ਕਰਾਂ, ਬੰਦੇ ਦੀ ਮਤ ਸੀਮਤ ਹੁੰਦੀ ਵੀਰ ਜੀ, ਠੀਕ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਤ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਗਿਆਨ, ਦੁਨੀਆਂ ਦੀ ਕੋਈ ਤਾਕਤ ਐਸੀ ਨਹੀਂ ਜਿਹੜੀ ਕਿੰਤੂ ਕਰ ਸਕੇ। ਇਸ ਕਰਕੇ ਅਸੀਂ ਬਹੁਤੀਆਂ ਆਪਣੀਆਂ ਗੱਲਾਂ ਨਾ ਕਰਕੇ ਆਪਣੀ ਮਤ ਨੂੰ ਪਿੱਛੇ ਰੱਖਣਾ ਹੈ, ਔਰ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਕਿ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਦਾ। ਅਤੇ ਜਦੋਂ ਬੰਦਾ ਐਸਾ ਨਿਮਾਣਾ ਹੋ ਕੇ ਹਲੀਮੀ ਰਾਜ ਦਾ ਪਾਂਦੀ ਬਣਦਾ ਨਾ, ਉਹਦੇ ਉੱਤੇ ਫਿਰ ਗੁਰੂ ਦੀ ਕਿਰਪਾ ਹੁੰਦੀ, ਫਿਰ ਗੁਰੂ ਆਪ ਬੁਲਾਉਂਦਾ, ਗੁਰੂ ਆਪ ਬਖਸ਼ਿਸ਼ ਕਰ ਦਿੰਦਾ। ਅਤੇ ਗੁਰੂ ਦੇ ਵਿੱਚ ਕਿੰਨੀ ਸਮਰੱਥਾ ਹੈ, ਜਿਣ ਮਾਨਸ ਤੇ ਦੇਵ ਤੇ ਕੀ ਇਹ ਕਰਤ ਨਾ ਲਾਗੀ ਵਾਰ,
ਗੁਰੂ ਦੇ ਵਿੱਚ ਵੀ ਸਮਰਥਾ ਹੈ, ਪਰ ਅਸੀਂ ਗੁਰੂ ਦੀ ਗੱਲ ਮੰਨੀ ਹੈ ਨਾ, ਗੁਰੂ ਦੇ ਦੱਸੇ ਹੋਏ ਪੂਰਨਾਂ 'ਤੇ ਚੱਲੀਏ। ਅਤੇ ਮਹਾਰਾਜ ਨੇ ਕਹਿਣ ਲੱਗ ਬਖਸ਼ਿਸ਼ ਕੀਤੀ, ਕਹਿਣ ਲੱਗੇ ਬੰਦੇ ਬਸ ਜੇ ਤੂੰ ਮੇਰਾ ਹੋਏ ਰਹਿ ਤਾਂ ਸਭ ਜਗ ਤੇਰਾ ਹੋਏ। ਹੁਣ ਇੱਥੇ ਗੱਲ ਕੀ ਚੱਲ ਰਹੀ ਹੈ ਕਿ ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੋਤੀਆਂ ਨਹੀਂ, ਜੇਕਰ ਕੁਝ ਵੀ ਗੱਲਾਂ ਅਸੀਂ ਫੋਲੋ ਕਰ ਲਈਏ ਨਾ, ਆਪਣੇ ਜੀਵਨ ਦੇ ਅਪਣਾ ਲਈਏ, ਅਤੇ ਮੈਂ ਦਾਅਵੇ ਨਾਲ ਕਹਿ ਸਕਦਾ ਅਤੇ ਸਾਰੀ ਦੁਨੀਆ ਨੂੰ ਬੇਨਤੀ ਕਰ ਸਕਦਾ ਹਾਂ ਕਿ ਅਸੀਂ ਬੜੇ ਵੱਡੇ ਅਮੀਰ ਵਿਰਸੇ ਦੇ ਮਾਲਕ ਬਣ ਸਕਦੇ ਹਾਂ। ਸਾਡੇ ਵੱਲ ਦੁਨੀਆ ਵੇਖਦੀ ਸੀ, ਇੱਕ ਸਮਾਂ ਉਹ ਸੀ ਕਿ ਸਿੱਖ ਇਨਸਾਫ ਦਿੰਦੇ ਸੀ ਜੀ, ਅੱਜ ਸਮਾਂ ਹੈ ਕਿ ਸਿੱਖ ਇਨਸਾਫ ਮੰਗ ਰਿਹਾ। ਕਾਰਨ ਕੀ ਹੈ? ਇਹਦੇ ਵੀ ਸਾਨੂੰ ਸੋਚਣਾ ਪਏਗਾ। ਜਿਹੜੇ ਪੰਥ ਦਰਦੀ ਨੇ, ਇਹ ਨਹੀਂ ਕਿ ਅੱਜ ਨਹੀਂ ਹੈਗੇ, ਅੱਜ ਵੀ ਹੈਗੇ, ਉਹਨਾਂ ਨੂੰ ਬੜਾ ਦਰਦ ਹੈ, ਉਹਨਾਂ ਨੂੰ ਬੜੀ ਪੀੜਾ ਹੈ, ਅਤੇ ਉਹ ਵਾਰ ਵਾਰ ਇਸ ਗੱਲ ਨੂੰ ਸਮਝਦੇ ਨੇ। ਜਿਸ ਤਰ੍ਹਾਂ ਵਿਦਵਾਨਾਂ ਨੇ ਗੱਲ ਆਖੀ ਹੈ ਕਿ ਇਹ ਕੌਮ ਦੇ ਮਲਾਹਾ, ਸਮਝਦੇ ਹੋ ਗੱਲ ਚੱਲੇ। ਅਸੀਂ ਜਿਹੜੀਆਂ ਆਮ ਸਮਾਜ ਦੀਆਂ ਗੱਲਾਂ ਨੇ ਨਾ, ਉਹਨਾਂ ਵੱਲ ਵੀ ਜ਼ਰੂਰ ਧਿਆਨ ਦੇਈਏ। ਠੀਕ ਹੈ, ਪਾਠ ਪੂਜਾ ਕਰਨੀ ਹੈ, ਦਾਨ ਪੁੰਨ ਕਰਨਾ ਹੈ, ਪਾਣ ਸਾਰੇ ਕੰਮ ਕਰਨੇ ਨੇ, ਪਰ ਅੱਜ ਅਸੀਂ ਵਿਸਾ ਲੈ ਕੇ ਚੱਲ ਰਹੇ ਹਾਂ ਕਿ ਸਾਡਾ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਸਾਡੇ ਨੌਜਵਾਨ ਨੇ, ਸਾਡੇ ਬੱਚੇ ਨੇ, ਅਸੀਂ ਉਹਨਾਂ ਨੂੰ ਕਿਵੇਂ ਆਪਣੀ ਬਾਣੀ ਨਾਲ, ਆਪਣੇ ਵਿਰਸੇ ਨਾਲ ਜੋੜ ਸਕਦੇ ਹਾਂ। ਅਤੇ ਤਾਂ ਹੀ ਉਹ ਵਿਦਵਾਨ ਕਹਿਣ ਲੱਗਾ, ਕਹਿਣ ਲੱਗੇ ਮੇਰੀ ਜ਼ਬਾਨ ਥੁੱਤ ਲਾਉਂਦੀ, ਮੇਰੀ ਕਲਮ ਵੀ ਰੁਕ ਜਾਂਦੀ ਹੈ। ਕਹਿਣ ਲੱਗੇ ਸਿੰਘੋ, ਤੁਸੀਂ ਇੰਨੇ ਅਮੀਰ ਵਿਰਸੇ ਦੇ ਮਾਲਕ ਹੋ ਕਿ ਜਦੋਂ ਮੈਂ ਤੁਹਾਡੇ ਇਤਿਹਾਸ ਵੱਲ ਵੇਖਦਾ ਨਾ, ਅਤੇ ਮੈਨੂੰ ਉਹ ਗੱਲ ਯਾਦ ਆ ਜਾਂਦੀ ਹੈ, ਤੇਰਾ ਸਿੰਘ ਸੁਮੇਰ ਦਾ ਰੂਪ ਬਣ ਕੇ। ਸਮਝਦੇ ਹੋ, ਸੁਮੇਰ ਪਰਵਤ ਜਿਹੜਾ ਹੈ ਉਹ ਜੋ ਇਤਿਹਾਸ ਕਹਿੰਦਾ ਹੈ ਉਹ ਸਭ ਤੋਂ ਉੱਚਾ ਹੈ। ਠੀਕ, ਉਹ ਵਿਦਵਾਨ ਕਹਿਣ ਲੱਗਾ, ਕਹਿਣ ਲੱਗੇ ਹੇ ਬੱਚਿਓ, ਹੇ ਗੁਰੂ ਕੇ ਸਿੱਖੋ, ਮੇਰੇ ਮੈਂ ਤੁਹਾਡੇ ਵੱਲ ਜਦੋਂ ਵੇਖਦਾ ਤਾਂ ਮੈਨੂੰ ਕਈ ਵਾਰੀ ਤਰਸ ਆਉਂਦਾ ਹੈ, ਔਰ ਕਈ ਵਾਰੀ ਮੈਨੂੰ ਆਪਣੇ ਉੱਤੇ ਇਸ ਗੱਲ ਦਾ ਫਖਰ ਵੀ ਹੁੰਦਾ ਕਿ ਮੈਂ ਸਿੱਖਾਂ ਦੀ ਗੱਲ ਕਰ ਰਿਹਾ। ਤਾਂ ਉਹ ਕੀ ਕਹਿ ਰਿਹਾ, ਤੇਰਾ ਸਿੰਘ ਸੁਮੇਰ ਦਾ ਰੂਪ ਬਣ ਕੇ ਜਿੱਥੇ ਖੜਾ ਹੋਇਆ ਉੱਥੋਂ ਹਿੱਲਿਆ ਨਾ, ਟਲ ਗਈ ਜ਼ਮਾਨੇ ਦੀ ਕਾਰ ਸਾਰੀ, ਤੇਰਾ ਤੀਰ ਨਿਸ਼ਾਨਿਓ ਟਲਿਆ ਨਾ, ਤੇਰੀ ਚਿੜੀ ਨੇ ਆਵਾਜ਼ਾਂ ਨੂੰ ਵਕਤ ਪਾਏ। ਸਮਝਦੇ ਹੋ, ਤੇਰੀ ਚਿੜੀ ਨੇ ਆਵਾਜ਼ਾਂ ਨੂੰ ਵਕਤ ਪਾਏ। ਹੁਣ ਚਿੜੀ ਕੀ ਹੈ ਅਤੇ ਆਵਾਜ਼ ਕੀ ਹੈ, ਤੁਸੀਂ ਸਾਰਾ ਸਮਝਦੇ ਹੋ। ਤੇਰੀ ਚਿੜੀ ਨੇ ਆਵਾਜ਼ਾਂ ਨੂੰ ਵਕਤ ਪਾਏ, ਮਸਤ ਹਾਥੀਆਂ ਦਾ ਚਾਰਾ ਚੱਲਿਆ ਨਾ। ਸਮਝਦੇ ਹੋ, ਭਾਈ ਬਚਿੱਤਰ ਸਿੰਘ ਵਰਗੇ ਬਿਲਕੁਲ ਹਾਥੀਆਂ ਨੂੰ ਕੀ ਸੀ, ਉਹਨਾਂ ਦੇ ਕੋਲ ਕੀ ਪਾਵਰ ਸੀ? ਵੀ ਵੇਖੋ ਸਾਇੰਸ, ਅਸੀਂ ਕੇਵਲ ਦੁਨੀਆ ਵੀ ਗੱਲਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ। ਅਰੇ ਜੇਕਰ ਸਾਡੇ ਕੋਲ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾ ਹੁੰਦੀ, ਪੰਥ ਦੋਖੀਆਂ ਨੇ ਬੜਾ ਯਤਨ ਕੀਤਾ, ਮੈਂ ਦਾਅਵੇ ਨਾਲ ਕਹਿ ਸਕਦਾ ਬੜੇ ਕੋਸ਼ਿਸ਼ ਕਰਦੇ ਵੀ ਰਹਿਣਗੇ, ਪਰ ਸਾਡਾ ਵਾਲ ਵਿੰਗਾ ਕਿਉਂ ਨਹੀਂ ਹੋ ਰਿਹਾ? ਕਿਉਂਕਿ ਸਾਡੇ ਕੋਲ ਜੋ ਬਾਣੀ ਹੈ, ਸਾਡੇ ਕੋਲ ਵਿਰਸਾ ਹੈ। ਅਤੇ ਬਚਿੱਤਰ ਸਿੰਘ ਦੇ ਕੋਲ ਕੀ ਪਾਵਰ ਸੀ ਜੀ? ਬਚਿੱਤਰ ਸਿੰਘ ਦੇ ਕੋਲ ਕੀ ਵਿਰਸਾ ਸੀ? ਉਹਨੂੰ ਪਤਾ ਸੀ ਕਿ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੁਛੰਦਾ। ਸੋ ਗੱਲ ਕੀ ਚੱਲ ਰਹੀ ਹੈ, ਅਸੀਂ ਬਹੁਤੀਆਂ ਦੁਨੀਆ ਵੀ ਤੋੜ ਤੋਂ ਗੱਲਾਂ ਨਾ ਕਰਕੇ ਅਸੀਂ ਬਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਨਾਲ ਬੇਨਤੀ ਕਰਨੀ ਹੈ। ਔਰ ਕੀ ਬੇਨਤੀ ਕਰਨੀ? ਆਏ ਅਨਿਕ ਜਨਮ ਭ੍ਰਮ ਸ਼ਰਣੀ, ਉਧਰ ਦੇਹੇ ਅੰਧ ਕੂਪ ਤੇ ਲਾਭੋ, ਆਪਣੀ ਚਰਣੀ ਮੈਂ ਵੀ ਕਰਾਂ, ਤੁਸੀਂ ਵੀ ਕਰੋ, ਸਾਰੇ ਕਰੀਏ ਕਿ ਹੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜੇਕਰ ਸਵੇਰੇ ਦਾ ਭੁੱਲਿਆ ਸਾਮੀ ਮੁੜ ਆਵੇ ਨਾ, ਤੇ ਆਮ ਸਾਡਾ ਪੰਜਾਬੀ ਵਿਰਸਾ ਹੈ, ਕਹਿੰਦੇ ਉਹਨੂੰ ਭੁੱਲਣਾ ਨਾ ਜਾਣੋ। ਕਹਿਣ ਲੱਗੇ ਵੀ ਕੋਈ ਗੱਲ ਨਹੀਂ, ਜੋ ਹੋ ਗਿਆ ਉਹਨੂੰ ਵਿਸਾਰ ਦਿਓ, ਔਰ ਆਓ ਇਕੱਠੇ ਹੋ ਕੇ, ਬਾਕੀ ਸਾਰੀਆਂ ਗੱਲਾਂ ਬਾਅਦ ਵਿੱਚ ਹੈਗੀਆਂ। ਸਾਡਾ ਜੇਕਰ ਗੁਰੂ ਇੱਕ ਹੈ ਨਾ, ਏਕ ਪਿਤਾ ਏਕ ਅਸਕੇ ਹਮ ਬਾਰਿਕ, ਜੇਕਰ ਗੁਰੂ ਕਹਿ ਰਿਹਾ, ਅਰੇ ਸਾਰੇ ਗਿਲਦੇ ਸ਼ਿਕਵੇ ਭੁਲਾਓ ਔਰ ਆਪਣੀ ਏਕਤਾ ਦੇ ਵਿੱਚ ਆਓ, ਔਰ ਏਕਤਾ ਦੇ ਵਿੱਚ ਰਹਿ ਕੇ ਆਪਣੇ ਪਹਿਲਾਂ ਵਿਰਸੇ ਵੱਲ ਆਪਣੇ ਬੱਚਿਆਂ ਨੂੰ ਲਾਓ। ਕਿਉਂਕਿ ਵੇਖੋ ਇਹਦਾ ਮਤਲਬ ਇਹ ਨਹੀਂ ਕਿ ਨਹੀਂ ਹੈਗੇ, ਪਰ ਦੁਨੀਆਂ ਦੇ ਵਿੱਚ ਖਾਸ ਕਰਕੇ ਤੁਸੀਂ ਵੇਖੋ, ਇੱਥੇ ਵੇਖਣ ਨੂੰ ਮਿਲ ਰਿਹਾ, ਤੁਹਾਡੇ ਕੈਨੇਡਾ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਨਾ, ਕਿੰਨੀ ਸਿੱਖੀ ਹੈ, ਕਿੰਨੀ ਰਾਜ ਕਰੇਗਾ ਖਾਲਸਾ। ਸੱਚ ਪੁੱਛੋ ਤੇ ਖਾਲਸਾ ਰਾਜ ਕਰ ਰਿਹਾ, ਕਿਉਂਕਿ ਖਾਲਸੇ ਦਾ ਗੁਰੂ ਸਰਵ ਵਿਆਪੀ ਹੈ। ਦੁਨੀਆਂ ਦੇ ਵਿੱਚ ਮੈਂ ਦਾਅਵਾ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਹਰ ਵੇਲੇ ਪ੍ਰਕਾਸ਼ ਰਹਿੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਐਸੇ ਗ੍ਰੰਥ ਹਨ ਜਿਨ੍ਹਾਂ ਦੇ ਸਾਹਮਣੇ ਲੱਖਾਂ ਲੋਕ ਹਰ ਰੋਜ਼ ਲਾਈਨ ਲਾ ਕੇ ਮੱਥਾ ਟੇਕਦੇ ਹਨ। ਕੇਵਲ ਗੁਰੂ ਗ੍ਰੰਥ ਸਾਹਿਬ ਜੀ, ਮੈਂ ਬਾਕੀ ਗੱਲਾਂ ਤਾਂ ਫਿਰ ਕਰਾਂਗੇ ਨਾ ਜਦੋਂ ਇਸ ਵਿਸ਼ੇ ਵੱਲ ਅਸੀਂ ਆਵਾਂਗੇ, ਪਰ ਇਹ ਵਿੱਚ ਗੱਲ ਆ ਰਹੀ ਸੀ ਅਤੇ ਇਹ ਗੱਲ ਕਰਨੀ ਜ਼ਰੂਰੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੋਂ ਸਾਨੂੰ ਫਖਰ ਹੈ, ਮਾਣ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੈਸੇ ਗ੍ਰੰਥ ਹਨ ਜਿਨ੍ਹਾਂ ਦਾ ਦਿਨੇ ਪ੍ਰਕਾਸ਼ ਹੁੰਦਾ ਹੈ ਅਤੇ ਰਾਤੀ ਸੁਖਾਸਨ ਹੁੰਦਾ ਹੈ। ਔਰ ਇੱਕ ਬੜੇ ਕਮਾਲ ਦੀ ਗੱਲ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਮ੍ਰਿਤ ਵੇਲੇ ਆ ਕੇ ਨਾ ਬਿਰਾਜਮਾਨ ਹੁੰਦੇ ਹਨ ਤਖ਼ਤ ਦੇ ਉੱਤੇ, ਅਤੇ ਪਤਾ ਕਿ ਕਿਸ ਅਵਸਥਾ ਵਿੱਚ ਹੁੰਦੇ ਨੇ? ਜਿਸ ਤਰ੍ਹਾਂ ਇੱਕ ਮਾਂ ਬੜੀ ਮਮਤਾ ਦੇ ਵਿੱਚ ਭਰੀ ਹੋਵੇ ਅਤੇ ਆਪਣੇ ਬੱਚੇ ਨੂੰ ਦੁਲਾਰ ਕਰਦੀ ਹੈ, ਪਿਆਰ ਕਰਦੀ ਅਤੇ ਗਲਵਕੜੀ ਵਿੱਚ ਲੈਣ ਵਾਸਤੇ ਬਾਹਾਂ ਖਿਲਾੜਦੀ, ਅਤੇ ਮੈਂ ਹਰਪ੍ਰੀਤ ਸਿੰਘ ਜੀ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਵਾਜ਼ਾਂ ਮਾਰਦੇ ਨੇ, ਕੀ ਕਹਿੰਦੇ ਨੇ?
ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਤੇ ਉਹ ਅਵਸਥਾ ਕਿਹੜੀ ਹੁੰਦੀ ਹੈ ਤੁਸੀਂ ਕਦੇ ਵੇਖੋ ਤਾਬਿਆਂ ਤੇ ਜਦੋਂ ਮੇਰੇ ਸਤਿਗੁਰੂ ਜੀ ਮੰਜੀ ਸਾਹਿਬ ਤੇ ਹੁੰਦੇ ਨੇ ਨਾ ਐਸੀ ਅਵਸਥਾ ਵਿੱਚ ਹੁੰਦੇ ਇਹ ਇਹ ਅਵਸਥਾ ਹੈ ਤੇ ਇਸ ਤਰ੍ਹਾਂ ਸਮਝੋ ਜਿਸ ਤਰ੍ਹਾਂ ਵਾਜਾਂ ਮਾਰ ਰਹੇ ਹੋਣ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਤੇ ਇਹਦੇ ਵਿੱਚ ਖਿਆਲ ਰੱਖਣਾ ਸਿੱਖ ਦੇ ਵਿੱਚ ਬੱਚਾ ਹੋਵੇ ਨੌਜਵਾਨ ਹੋਵੇ ਵਜੂਗ ਹੋਵੇ ਬੀਬੀ ਹੋਵੇ ਇਹ ਗੱਲ ਨਹੀਂ ਕਿਉਂਕਿ ਸਾਡਾ ਵਿਰਸਾ ਇੰਨਾ ਗੱਲ ਕੀ ਚੱਲ ਰਹੀ ਸੀ ਕਹਿਣ ਲੱਗੇ ਕਿ ਵੀ ਇਹ ਸੰਸਾਰ ਦੇ ਵਿੱਚ ਰਹਿ ਕੇ ਜਦੋਂ ਮੈਂ ਤੁਹਾਡੇ ਵਿਰਸੇ ਵੱਲ ਵੇਖਦਾ ਤੇ ਉਹ ਵਿਦਵਾਨ ਕਹਿਣ ਲੱਗਾ ਇਹ ਕੌਮ ਦੇ ਮਲਾਹਾ ਕੌਮ ਦਾ ਮਲਾਹ ਕਿਹੜਾ ਹੁੰਦਾ ਨੌਜਵਾਨ ਕਿਉਂਕਿ ਵੇਖੋ ਬੜੀ ਸੌਖੀ ਗੱਲ ਹੈ ਬਾਣੀ ਕੀ ਕਹਿੰਦੀ ਹੈ ਵੀ ਬਾਲਪਣ ਦੇ ਵਿੱਚ ਪੂਰੀ ਸੋਝੀ ਨਹੀਂ ਹੁੰਦੀ ਬਜ਼ੁਰਗੀ ਦੇ ਵਿੱਚ ਬੰਦਾ ਕਈ ਵਾਰੀ ਕੁਛ ਕਰਨਾ ਵੀ ਚਾਹੇ ਨਾ ਕਈ ਵਾਰੀ ਆਪਣੇ ਆਪ ਮਜਬੂਰ ਮਹਿਸੂਸ ਕਰਦਾ ਇਹ ਸਮਝਣਾ ਜਵਾਨੀ ਦਾ ਹੈ ਨਾ ਬਾਣੀ ਦੇ ਵਿੱਚ ਵੀ ਜ਼ਿਕਰ ਹੈ ਕਿ 10 ਬਾਲਤਣ 20 ਰਵਣ ਤੀਸਾਂ ਕਾ ਸੁੰਦਰ ਕਹਾਵੈ 40 ਸੀਪੁਰ ਹੋਏ 85 ਪਖਿਸੈ 60 ਕੇ ਬੁੱਢੇ ਪਾ ਇਹ ਬਾਣੀ ਹੈ ਕੇਵਲ ਮੈਂ ਆਪਣੀ ਗੱਲ ਨਹੀਂ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੱਲ ਕਰੋਗੇ ਨਾ ਦੁਨੀਆਂ ਤੁਹਾਨੂੰ ਸੁਣੇਗੀ ਦੁਨੀਆਂ ਤੁਹਾਡੀ ਉਸ ਵਿਚਾਰ ਵੱਲ ਧਿਆਨ ਦੇਗੀ ਤੇ ਮੇਰੇ ਮਹਾਰਾਜ ਕੀ ਕਹਿ ਰਹੇ ਨੇ 40 ਸੀਪੁਰ ਹੋਏ ਮੈਂ ਸੱਚੀ ਗੱਲ ਦੱਸਾਂ ਅਹੰਕਾਰ ਵਾਲੀ ਗੱਲ ਨਹੀਂ ਮੈਂ ਜਨਕਪੁਰੀ ਦੇ ਵੀ ਦਿੱਲੀ ਕਲਾਸਾਂ ਲਾਉਣਾ ਜਿਹੜੇ ਡਾਕਟਰ ਲੋਕ ਨੇ ਜਿਹੜੇ ਕਿ ਕਈ ਡਾਰਮੈਂਟ ਹੋ ਗਏ ਨੇ ਅਸੀਂ ਪਾਰਕ ਦੇ ਵਿੱਚ ਬਹਿ ਕੇ ਲਾਉਂਦੇ ਹਾਂ ਵੇਖੋ ਪ੍ਰਚਾਰ ਮੇਰੇ ਗੁਰੂ ਨਾਨਕ ਸਾਹਿਬ ਨੇ ਜਿੱਥੇ ਮਰਜ਼ੀ ਕਰ ਲਓ ਅਸੀਂ ਪਾਰਕ ਦੇ ਵਿੱਚ ਵੀ ਕਲਾਸ ਲਾ ਸਕਦੇ ਹਾਂ ਅਸੀਂ ਗੁਰਦੁਆਰੇ ਵੀ ਪ੍ਰਚਾਰ ਕਰ ਸਕਦੇ ਹਾਂ ਅਸੀਂ ਕਿਸੇ ਦੇ ਘਰ ਵੀ ਕਰ ਸਕਦੇ ਹਾਂ ਅਤੇ ਉਹ ਅਸੀਂ 10-12 ਬੰਦੇ ਉੱਥੇ ਬਹਿ ਕੇ ਨਾ ਬਾਣੀ ਦੀ ਵਿਚਾਰ ਕਰਦੇ ਹਾਂ ਰੋਜ਼ ਅਤੇ ਉਹਨਾਂ ਦੇ ਨਾਲ ਬਹਿ ਕੇ ਥੋੜ੍ਹਾ ਜਿਹਾ ਜਿਹੜਾ ਸਾਇੰਸ ਦਾ ਜਾਂ ਮੈਡੀਕਲ ਲਾਈਨ ਦਾ ਸਾਨੂੰ ਥੋੜ੍ਹਾ ਪਤਾ ਲੱਗਿਆ ਉਹ ਕਹਿ ਰਹੇ ਸੀ ਕਿ 40 ਸਾਲ ਦਾ ਜਦੋਂ ਬੰਦਾ ਹੋ ਜਾਏ ਜੀਣ ਨੂੰ 100 ਸਾਲ ਜੀ ਜਾਓ ਪਰ 40 ਸਾਲ ਤੋਂ ਬਾਅਦ ਬੰਦੇ ਦੇ ਸਰੀਰ ਵਿੱਚ ਕਿਸੇ ਚੀਜ਼ ਦਾ ਵਾਧਾ ਨਹੀਂ ਹੁੰਦਾ ਹਰ ਚੀਜ਼ ਦੇ ਵੀ ਘਾਟਾ ਹੋਣਾ ਸੋ ਜਾਂਦਾ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲੇ ਹੀ ਕਹਿਤਾ 40 ਸੀਪੁਰ ਹੋਏ 40 ਸੀਪੁਰ ਹੋਣ ਦਾ ਮਤਲਬ ਕਿ ਇਹ ਹੈ ਕਿ ਹੇ ਬੰਦੇ ਤੇਰੀ ਜ਼ਿੰਦਗੀ 40 ਸਾਲ ਦੀ ਹੋ ਗਈ ਤੇਰਾ ਜੀਵਨ ਪੂਰਾ ਹੋ ਗਿਆ ਜੀਣ ਨੂੰ ਤੂੰ 100 ਸਾਲ ਜੀ ਜਾ ਜੀਣ ਨੂੰ ਤੂੰ 60 ਸਾਲ ਜੀ ਜਾ ਕੋਈ ਉਹ ਨਹੀਂ ਪਰ 40 ਸੀਪੁਰ ਹੋਏ ਉਸ ਤੋਂ ਬਾਅਦ 85 ਪਖਿਸ ਹੈ 60 ਕੇ ਬੁੱਢੇ ਪਾਵ ਹੈ 70 ਕਾ ਮਧੀਨ ਅਸੀਂ ਆਖਾਂ ਪਿਓ ਹਰ ਨਾ ਪਵ 90 ਕਾ ਸਿਝਾਸਣੀ ਸਿਝਾਸ ਸਮਝਦੇ ਹੋ ਜਦੋਂ ਬੰਦਾ ਬਿਲਕੁਲ ਮੰਜੇ ਤੇ ਪੈ ਜਾਏ ਔਰ ਇੱਥੋਂ ਤੱਕ ਕਿ ਉਹ ਪਾਣੀ ਵੀ ਲੈ ਕੇ ਨਾ ਪੀ ਸਕੇ ਵੀਰ ਜੀ ਮੈਂ ਸੱਚੀ ਗੱਲ ਦੱਸਾਂ ਦਿਲੋਂ ਧੰਨਵਾਦ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਤਿਗੁਰੂ ਜੀ ਬਾਰ ਬਾਰ ਸਮਝਾਉਂਦੇ ਨੇ ਬੰਦੇ ਜਾਗ ਜਾ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਬਿਲਕੁਲ ਜੀ ਸਾਨੂੰ ਹੋਕਾ ਹਰ ਵਾਰ ਮਿਲਦਾ ਕਿ ਅਸੀਂ ਸਮਝ ਆਈਏ ਲੇਕਿਨ ਅਸੀਂ ਸਮਝਣ ਨੂੰ ਕਿਉਂ ਨਹੀਂ ਤਿਆਰ ਹੋ ਰਹੇ ਇਸ ਪਰ ਅਸੀਂ ਆਉਣ ਵਾਲੇ ਪ੍ਰੋਗਰਾਮਸ ਵਿੱਚ ਚਰਚਾ ਕਰਾਂਗੇ ਤੁਹਾਡਾ ਧੰਨਵਾਦ ਜਿਹੜੀ ਤੁਸੀਂ ਭੂਮਿਕਾ ਬਣਾਈ ਹੈਗੀ ਹੈ ਇਸੇ ਵਿਸ਼ੇ ਦੇ ਉੱਤੇ ਅਸੀਂ ਆਉਣ ਵਾਲੇ ਪ੍ਰੋਗਰਾਮਸ ਵਿੱਚ ਤੁਹਾਡੇ ਨਾਲ ਸਾਂਝ ਪਾਵਾਂਗੇ ਧੰਨਵਾਦ ਇੱਥੇ ਆ ਕੇ ਸਾਂਝ ਪਾਉਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਫੀਡਬੈਕ ਜ਼ਰੂਰ ਦੇਣਾ 604-603-7755 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ harpreetsingshow@gmail.com ਇਹ ਸਾਰੇ ਐਪੀਸੋਡਸ ਤੁਸੀਂ youtube.com/harpreetsingshow ਦੇ ਵੀ ਜਾ ਕੇ ਦੁਬਾਰਾ ਦੇਖ ਸਕੋਗੇ ਤੁਹਾਡੇ ਕੋਲ ਕੋਈ ਸਵਾਲ ਹੋਏ ਤਾਂ ਸਾਡੇ ਤੱਕ ਜ਼ਰੂਰ ਪਹੁੰਚ ਕਰਨਾ ਕਿਉਂਕਿ ਮਕਸਦ ਹੈ ਕਿ ਇਹਨਾਂ ਸਾਡੇ ਜਿਹੜੇ ਆਉਂਦੇ ਨੇ ਇੱਥੇ ਔਥਰਸ ਜਿਹੜੇ ਵੀ ਸਾਡੇ ਕੋਲ ਬੁੱਧੀਜੀਵੀ ਆਉਂਦੇ ਨੇ ਗ੍ਰੰਥੀ ਆਉਂਦੇ ਨੇ ਜਾਂ ਹੋਰ ਪ੍ਰਚਾਰਕ ਆਉਂਦੇ ਨੇ ਉਹਨਾਂ ਕੋਲੋਂ ਗੁਰਬਾਣੀ ਦੇ ਆਧਾਰ ਦੇ ਉੱਤੇ ਕੀ ਕੁਝ ਅਸੀਂ ਸਿੱਖ ਸਕਦੇ ਹਾਂ ਕਿਉਂਕਿ ਕਈ ਵਾਰ ਕਈ ਵਿਅਕਤੀ ਦੀ ਬੋਲਣ ਦਾ ਅੰਦਾਜ਼ ਕਈ ਵਾਰੀ ਸਮਝਾਉਣ ਦਾ ਅੰਦਾਜ਼ ਵੱਖਰਾ ਹੁੰਦਾ ਹੈ ਅਤੇ ਕਈ ਵਾਰੀ ਸਮਝ ਆ ਜਾਂਦੀ ਹੈ ਚੰਗੇ ਤਰੀਕੇ ਨਾਲ ਇਸੇ ਕਰਕੇ ਬਾਰ ਬਾਰ ਅਸੀਂ ਇਹਨਾਂ ਚੀਜ਼ਾਂ ਨੂੰ ਕਈ ਵਾਰ ਰਿਪੀਟ ਵੀ ਕਰਦੇ ਹਾਂ ਸੋ ਕੋਈ ਵੀ ਤੁਹਾਡੇ ਕੋਲ ਮਸਲਾ ਹੋਏ ਤਾਂ ਸਾਡੇ ਤੱਕ ਜ਼ਰੂਰ ਪਹੁੰਚ ਕਰਨਾ ਇੱਥੇ ਹੀ ਪ੍ਰੋਗਰਾਮ ਦੀ ਕਰਦੇ ਹਾਂ ਸਮਾਪਤੀ ਫਿਰ ਮੁਲਾਕਾਤ ਹੋਏਗੀ ਤਦ ਤੱਕ ਗੁੱਡ ਬਾਏ